ਸੱਚੇ ਕਾਲ ਦੋ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਮੈਂ ਪ੍ਰਾਕਸੀਨ ਲਾਈਵ ਸ਼ੋਜ਼ ਹੋ ਗਏ ਨੇ ਦੁਬਾਰਾ ਸ਼ੁਰੂ ਬਹੁਤ ਵੇਟ ਹੁੰਦੀ ਆ ਸਾਰਿਆਂ ਨੂੰ ਆਪਣੇ ਫੇਵਰੇਟ ਆਰਟਿਸਟ ਨੂੰ ਲਾਈਵ ਗਾਉਂਦਿਆਂ ਦੇਖਣ ਦੀ ਤੇ ਪਿਛਲੇ ਕੁਝ ਟਾਈਮ ਕਰਕੇ ਕਰੋਨਾ ਜੋ ਚੱਲ ਰਿਹਾ ਸੀ ਉਸ ਕਰਕੇ ਪਿਛਲਾ ਬਹੁਤ ਟਾਈਮ ਅਜੇ ਨਿਕਲ ਗਿਆ ਜੇ ਲਾਈਵ ਸ਼ੋ ਨਹੀਂ ਹੋ پا ਰਹੇ ਸੀ ਪਰ ਹੁਣ ਫਾਈਨਲੀ ਸਾਰਾ ਕੁਝ ਵਾਪਸ ਟਰੈਕ ਤੇ ਆ ਗਿਆ ਲੋਕ ਸਿਨੇਮਾ ਘਰਾਂ ਚ ਦੁਬਾਰਾ ਜਾਣ ਲੱਗ ਪਏ ਨੇ ਲਾਈਵ ਸ਼ੋਜ਼ ਹੋਣ ਲੱਗ ਪਏ ਨੇ ਤੇ ਲਾਈਵ ਸ਼ੋ ਦੇਖਣ ਨੂੰ ਮਿਲ ਜਵੇ ਮਾਨ ਸਾਉ ਦਾ ਇਸ ਤੋਂ ਵਧੀਆ ਤਾਂ ਹੋਰ ਕੁਝ ਹੋ ਹੀ ਨਹੀਂ ਸਕਦਾ ਬੱਬੂ ਮਾਨ ਨੇ ਕੀਤਾ ਲਾਈਵ ਸ਼ੋਅ ਵੈਂਕੂਵਰ ਕੈਨੇਡਾ ਦੇ ਵਿੱਚ ਤੇ ਉੱਥੇ ਧਮਾਲਾਂ ਪੈ ਗਈਆਂ ਇੱਕ ਬਹੁਤ ਲੰਬੀ ਲਿਸਟ ਹੈ ਮਾਨ ਸਾਹਿਬ ਦੀ ਅਚੀਵਮੈਂਟ ਦੀ ਤੇ ਹੁਣ ਉਸ ਲਿਸਟ 'ਚ ਇੱਕ ਹੋਰ ਚੀਜ਼ ਐਡ ਹੋ ਗਈ ਹੈ ਬੱਬੂ ਮਾਨ ਬਣੇ ਵੈਂਕੂਵਰ ਕੈਨੇਡਾ ਦੇ ਦਾ ਪੈਸੀਫਿਕ ਕੋਲੀਸ਼ਨ ਸੈਲ ਆਊਟ ਕਰਨ ਵਾਲੇ ਇਤਿਹਾਸ ਦੇ ਪਹਿਲੇ ਸਾਊਥ ਏਸ਼ੀਅਨ ਆਰਟਿਸਟ ਲਾਈਵ ਸ਼ੋਅ 'ਚ ਜਨਤਾ ਨੇ ਪੂਰਾ ਇੰਜੋਏ ਕੀਤਾ ਪੂਰੀ ਖਾਪ ਪਈ ਇੱਕ ਹੋਰ ਚੀਜ਼ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਕਿ ਲਾਈਵ ਸ਼ੋਅ ਦੇਖਣ ਕਰਨ ਔਜਲਾ ਵੀ ਪਹੁੰਚੇ ਜੋ ਕਿ ਹਮੇਸ਼ਾ ਸ਼ਾਹੀ ਦੱਸ ਦੇ ਨੇ ਕਿ ਉਹ ਬੱਬੂ ਮਾਨ ਦੇ ਕਿੰਨੇ ਵੱਡੇ ਫੈਨ ਨੇ ਤੇ ਇਹ ਗੱਲ ਬੱਬੂ ਮਾਨ ਦੇ ਵੈਨ ਨੂੰ ਬਹੁਤ ਜ਼ਿਆਦਾ ਪਸੰਦ ਆਈ ਕਿ ਔਜਲੇ ਵੀ ਉੱਤੇ ਪਹੁੰਚਿਆ ਤੇ ਬੱਬੂ ਮਾਨ ਨੇ ਕਰਨ ਔਜਲੇ ਦਾ ਜ਼ਿਕਰ ਵੀ ਕੀਤਾ ਲਾਈਵ ਜਦੋਂ ਗਾਰੇ ਸੀ ਉਹਨਾਂ ਕਿਹਾ ਤੂੰ ਤਾਂ ਗਾ ਹੀ ਰਿਆ ਹੁਣ ਔਜਲੇ ਤੇਰਾ ਦਾ ਸੈਟ ਹੀ ਆ ਕੰਮ ਤੇ ਉਹਨੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਆਓ ਦੋਨੋਂ ਵੀ ਇਹ ਵੀਡੀਓ ਦਿਖਾ ਦਿੰਨੇ ਆ ਸੀਨੀਅਰਾਂ ਨੂੰ ਹੱਥ ਜੋੜ ਕੇ ਪ੍ਰਣਾਮ ਜਿਹੜੇ ਕਲਾਕਾਰ ਜਿਹੜੇ ਗਾ ਰਹੇ ਆ ਉਹਨਾਂ ਨੂੰ ਵੀ ਤੂੰ ਕਾ ਗਾ ਰਹੇ ਆ ਔਜਲੇ ਤੇਰਾ ਦਾ ਸੈਟ ਤਲਵ ਜੀ ਤੁਸੀਂ ਦੇਖਿਆ ਇਹ ਵੀਡੀਓਜ਼ ਕਿਵੇਂ ਇੱਕ ਆਰਟਿਸਟ ਦੂਜੇ ਆਰਟ ਨੂੰ ਰਿਸਪੈਕਟ ਦੇਣ ਪਹੁੰਚੇ ਸਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਹੋਰ ਨਵੀਂ ਵੀਡੀਓਜ਼ ਦੇ ਲਈ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ